ਮਿੱਠਾ ਪਾਣਾ ਮਿੱਠਾ ਮਿੱਠਾ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਲਗਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤੀ ਸਦਾ ਸੁਮਾਲੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰ ਗੁਰੂ ਅਰਜਨ ਦੇ ਸ਼ਹੀਦੀ ਦੇ ਸੰਬੰਧ 'ਚ ਗੁਰਦੁਆਰਾ ਮਸਤਵਾਨਾ ਸਾਹਿਬ ਵਿਖੇ ਦੁਗੜੀ ਰੋਡ ਲੁਧਿਆਣਾ ਵਿਖੇ ਆਏ ਸਾਲ ਦੀ ਤਰ੍ਹਾਂ ਇਸ ਜਿਹੜਾ ਦਿਨ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ, ਉਹਨਾਂ ਨੇ ਕਿਵੇਂ ਪੇਚੀਏ ਨੇ ਚੁਗਲੀਆਂ ਕਰਕੇ ਸਾਂ ਜਹਾਨ ਦੇ ਕੋਲ ਉਹਨਾਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਉਹਨਾਂ ਦੀ ਸ਼ਹਾਦਤਾਂ ਦਿੱਤੀ, ਅੱਜ ਸਾਰੇ ਸੰਸਾਰ 'ਚ ਉਹਨਾਂ 'ਚ ਵਿਆਹ ਮਨਾਇਆ ਜਾ ਰਿਹਾ ਹੈ। ਉਸੇ ਦੇ ਸਭ ਸੰਬੰਧ ਨਾਲ ਇਹ ਜਿਹੜੇ ਮਿੱਠੇ ਜਲ ਪ੍ਰਵਾਹ ਚੱਲ ਰਹੇ ਨੇ, ਮਿੱਠਾ ਜਲ ਹਰ ਤਰ੍ਹਾਂ ਦੀਆਂ ਹੋਰ ਚੀਜ਼ਾਂ, ਖਾਣ ਪੀਣ ਦੀਆਂ ਚੀਜ਼ਾਂ ਅੱਜ ਦੇ ਦਿਹਾੜੇ 'ਚ ਸਾਰੀਆਂ ਦੁਨੀਆਂ 'ਚ ਸੰਸਾਰ 'ਚ ਗੁਰੂ ਅਰਜਨ ਦੇਵ ਜਪਿਓ, ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਚੋਣ ਗਰਵ ਨਹੀਂ ਆਉਂਦਾ। ਜਿੰਨੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਨੂੰ ਲੱਖ ਲੱਖ ਪ੍ਰਣਾਮ, ਕਿਉਂਕਿ ਉਹਨਾਂ ਦੀ ਦੇਵ ਨਹੀਂ ਦੇ ਸਕਦੇ ਸ਼ਹੀਦਾਂ ਦੀ, ਜਿਨ੍ਹਾਂ ਨੇ ਸਾਡੇ ਸਿੱਖ ਕੌਮ ਦਾ ਸਿਰ ਵਰਡ ਸੰਸਾਰ 'ਚ ਉੱਚਾ ਕੀਤਾ। ਸਾਰੇ ਸ਼ਹੀਦਾਂ ਜਿੰਨੇ ਵੀ ਹੋਏ ਨੇ ਆਪਣੇ ਉਹਨਾਂ ਸ਼ਹੀਦਾਂ ਦੀ ਤਾਂ ਇਹ ਸਿੱਖ ਕੌਮ ਦੇਣ ਹਰ ਵੇਲੇ ਹਰ ਟਾਈਮ ਹਰ ਸਮੇਂ ਇਹਨਾਂ ਨੂੰ ਯਾਦ ਕਰਦੀ ਹੈ ਤਾਂ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਤਾ ਗੁਜਰੀ ਰੋਡ
ਨਿਊ ਸੈਕਲ ਮਾਰਕੀਟ ਦੇ ਬੈਕ ਸਾਈਡ ਤਾਂ ਤਾਂ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਸੰਬੰਧ ਵਿੱਚ ਆਪਾਂ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਅੱਜ ਗੁਰਦੁਆਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੋਂ ਦੇ ਹੈੱਡ ਗ੍ਰੰਥੀ ਗਿਆਨੀ ਕੇਵਲ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀ ਲਵਾਈ ਉਹਨਾਂ ਨੇ ਬਹੁਤ ਅੱਜ ਵਿਚਾਰ ਵਧੀਆ ਕਥਾ ਕੀਤੀ ਉਹਨਾਂ ਨੇ ਇਹ ਜਿਹੜਾ ਸਾਡਾ ਮਨਾਉਣ ਦਾ ਮਨੋਰਥ ਇਹੀ ਆ ਵੀ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ ਗੁਰੂ ਸਾਹਿਬਾਂ ਨੇ ਜਿਹੜੇ ਪੂਰਨੇ ਪਾਏ ਆ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਉਹਨੂੰ ਯਾਦ ਰੱਖੀਏ ਸਿੱਖੀ ਵਾਲੇ ਪਾਸੇ ਤੁਰੀਏ ਤਾਂ ਜੋ ਅਸੀਂ ਕਹਾਂ ਆਪਣਾ ਵਿਰਸਾ ਸੰਭਾਲ ਸਕੀਏ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ